ਤੁਹਾਡੀ ਦੁਆ ਚਾਹੀਦੀ ਹੈ। ਮੈਂ ਕੱਲਾ ਹੀ ਵੱਧ ਕੱਪ ਲਿਆ ਸਕਦਾ ਸੀ, ਮੈਨੂੰ ਕੀ ਪਤਾ ਸੀ ਵਿੱਚ ਚਬਲਾਂ ਵੀ ਆਈਆਂ ਨੇ। ਤੁਸੀਂ ਵੇਖ ਲਓ, ਇਹਨੇ ਮੇਰਾ ਗੈਚ ਇੰਝ ਛੱਡਿਆ ਜਿਵੇਂ ਗੇਂਦ ਨਾਲ ਕੰਢੇ ਲੱਗੇ ਸੀ। ਆਪਣੇ ਖਿਲਾੜੀਆਂ ਦਾ ਗੁੱਸਾ ਮੈਂ ਐਵੇਂ ਆਸਟ੍ਰੇਲੀਆ ਦੇ ਖਿਲਾੜੀਆਂ 'ਤੇ ਕੱਢਦਾ ਰਿਹਾ ਵਾਂ। ਉਹ ਤਾਂ ਵਿਚਾਰੇ ਬੱਲੇ ਨਾਲ ਮੇਰੀ ਗੇਂਦ ਇਸ ਤੋਂ ਰੋਕਦੇ ਸੀ ਕਿਤੇ ਗੇਂਦ ਉਹਨਾਂ ਨੂੰ ਵੱਜ ਨਾ ਜਾਏ। ਜੇ ਅੱਜ ਮੇਰੇ ਕੈਚ ਭਰੇ ਜਾਂਦੇ ਤਾਂ ਅਸੀਂ ਤੁਹਾਡੇ ਕੋਲੋਂ ਜੱਫੀਆਂ ਪਾ ਪਾ ਕੇ ਇੱਕ ਦੂਜੇ ਦੀਆਂ ਵੱਖੀਆਂ ਪਾਉਂਦੇ। ਇਹ ਵੇਖ ਲਓ, ਜਦੋਂ ਇਹਨੇ ਮੇਰਾ ਕੈਚ ਛੱਡਿਆ ਗੁੱਸਾ ਕਰਦੇ ਸੀ, ਇਹਦੀ ਧੁਨੀ ਦੇ ਵਿੱਚ ਯਾਰਕਰ ਮਾਰਾ। ਬਹਿਰਾਲ ਸਾਡੇ ਬੈਟਸਮੈਨਾਂ ਦਾ ਵੀ ਇੱਥੇ ਤਾਂ 300-400 ਸਕੋਰ ਗਲਤੀ ਨਾਲ ਹੀ ਹੋ ਜਾਂਦਾ ਵਾ। ਆਪ ਤਾਂ ਕੋਈ ਕੰਮ ਕਰਦੇ ਨਹੀਂ, ਸਾਰਾ ਕੰਮ ਮੇਰੇ ਕੋਲ ਹੀ ਲਈ ਜਾਂਦੇ ਆ। ਵਾਚਣ ਦੀ ਤਾਂ ਮੈਂ ਬੜੀ ਕੋਸ਼ਿਸ਼ ਕੀਤੀ ਕਿ ਬਾਉਂਸਰ ਮਾਰ ਕੇ ਆਲੂ ਪਾ ਦਿਆਂ, ਮਗਰ ਮੁੜ ਕੇ ਉਹਨੇ ਸਾਡੀ ਵਾਟ ਲਾਤੀ। ਕੋਈ ਨਹੀਂ, ਕ੍ਰਿਕਟ 'ਚ ਹਾਰ ਜਿੱਤੇ ਹੁੰਦੀ ਰਹਿੰਦੀ ਆ। ਜਾ ਕੇ ਸਾਡੇ ਖਿਲਾੜੀਆਂ ਨਾਲ ਹੋਣਾ ਉਹ ਕਦੀ ਨਹੀਂ ਹੋਇਆ ਹੋਣਾ। ਤੇਜ਼ਾਬੀ ਟੋਟੇ ਹੁਣ ਫੇਜ਼ ਵਿੱਚ। ਮੈਂ ਤਾਂ ਇਹ ਚਾਹੁੰਦਾ ਕਿ ਸਟੂਡੈਂਟ ਬੱਚੀਆਂ ਮੁਲਕ ਦੀ ਤਾਮੀਰੋ ਤਰੱਕੀ 'ਚ ਇੰਨਾ ਅੱਗੇ ਆਉਣ ਕਿ ਇਹਨਾਂ ਬੱਚੀਆਂ ਨੂੰ ਫੜ ਕੇ ਪਿੱਛੇ ਕਰਨਾ ਪਵੇ, ਅਤੇ ਇਹ ਸਾਨੂੰ ਅੱਗੋਂ ਇਹ ਕਹਿਣ ਕਿ ਬਈ ਹਟ ਜਾਓ ਪਿੱਛੇ। ਹਰ ਕਾਮਯਾਬ ਮੁਲਕ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ, ਪਰ ਸਾਡੇ ਮੁਲਕ ਪਿੱਛੇ ਕਿਸੇ ਦਾ ਵੀ ਹੱਥ ਤਾਂ ਨਹੀਂ, ਅਮਰੀਕਾ ਦੇ ਧੱਕੇ ਜ਼ਰੂਰ ਆ। ਮੈਂ ਇਸ ਲਈ ਸਟੂਡੈਂਟ ਬੱਚੀਆਂ 'ਚ ਲੈਪਟੋਪ ਵੰਡੇ ਕਿ ਜਦੋਂ ਇਹ ਕਾਲਜ ਦੀ ਗਰਾਊਂਡ 'ਚ ਬਹਿ ਕੇ ਲੈਪਟੋਪ ਚਲਾਉਣਗੀਆਂ ਤਾਂ ਕਿੱਡੀਆਂ ਸੋਹਣੀਆਂ ਲੱਗਣਗੀਆਂ। ਤੇਜ਼ਾਬੀ ਟੋਟੇ ਹੁਣ ਫੇਜ਼ ਵਿੱਚ। ਪਾਕਿਸਤਾਨ ਦੇ ਨੌਜਵਾਨਾਂ ਦੀ ਬੇਰੋਜ਼ਗਾਰੀ ਦਾ ਬੇੜਾ ਗਰਕ, ਮੇਰਾ ਮਤਲਬ ਬੇੜਾ ਪਾਰ ਕਰਨ ਲਈ ਮੈਂ ਇੱਕ ਕਰਜ਼ਾ ਸਕੀਮ ਦਾ ਆਗਾਜ਼ ਕਰ ਰਿਹਾ, ਔਰ ਇਹਦੀਆਂ ਸ਼ਰਾਇਤਾਂ ਐਡੀਆਂ ਮਾਕੂਲ ਨੇ ਕਿ ਕੋਈ ਕਰਜ਼ਾ ਲੈ ਕੇ ਵਿਖਾ ਦੇਵੇ, ਮੈਂ ਕਹਾਂਗਾ ਨੌਕਰ ਮੈਂ ਤੇਰਾ, ਤੂੰ ਨਾਗਣ ਮੈਂ ਸਪੇਰਾ। ਇਹਦੀ ਅਹਿਮ ਸ਼ਰਾਇਤ ਇਹ ਆ ਕਿ ਗਰੰਟੀ ਦੇਣ ਵਾਲਾ ਰਿਸ਼ਤੇਦਾਰ ਨਾ ਹੋਵੇ, ਬਿਮਾਰ ਨਾ ਹੋਵੇ, ਉਹਦੇ ਸੂਟ ਨਾਲ ਦੀ ਸ਼ਲਵਾਰ ਨਾ ਹੋਵੇ। ਇਹਦੇ ਵਾਸਤੇ ਗਰੰਟੀ ਦੇਗਾ ਉਹ ਜਿਹੜਾ ਬੰਦਾ ਗੈਰ ਹੋਵੇ, ਤੁਹਾਡੇ ਨਾਲ ਵੈਰ ਹੋਵੇ ਅਤੇ ਨੰਗੇ ਪੈਰ ਹੋਵੇ। ਇਹਦੇ ਫਾਰਮ ਬਿਲਕੁਲ ਫਰੀ ਨੇ, ਜਦੋਂ ਜਮ੍ਹਾਂ ਕਰਾਓਗੇ ਉਦੋਂ ਅਸੀਂ 100 ਲੈਣਾ। ਜੇ 20 ਕਰੋੜ ਆਵਾਮ 'ਚੋਂ 5 ਕਰੋੜ ਆਵਾਮ ਦਰਖਾਸਤਾਂ ਦੇਗੀ ਤਾਂ ਸੋਚੋ ਸਾਡਾ ਕਿੱਡਾ ਫਾਇਦਾ। ਇਹ ਹੁਣ ਇੱਕ ਇਹ ਸਕੀਮ ਆਵਾਮ ਵਾਸਤੇ ਬਿਲੂ ਰੰਗ ਦਾ ਮੌਕਾ ਹੈ ਅਤੇ ਨਵਾਜ਼ ਸ਼ਰੀਫ ਵਾਸਤੇ ਸੁਨਹਿਰੀ ਰੰਗ ਦਾ ਮੌਕਾ ਹੈ। ਉਹ ਭਾਈ, ਮੈਂ ਹੁਣ ਕੋਈ ਚੌਕਾ ਮਾਰਾਂ ਅਤੇ ਤਾੜੀਆਂ ਮਾਰੋਗੇ?